कसम साग नार रोटियां कागद। बिस्मिल्लाह रहमान रहीम, अस्सलाम वालेकुम। अल्लाह का फजल करम शुक्र ना इदा लोग शुरू करना है। उम्मीद करना से सारे ठीक ठाक हो गए। टेस्ट आई ने इन्हें तो परदे करने ना और वास्ते ते बाकी जेड़ा कमरा है ना हड़ा कमरा हड़ा है ते वो एक दो दो साइड रह गए, कोई तीन चार पीस लगने वाले ते ओ मतलब लगा के बंद करके उस बाद फिनिशिंग करांगे। इतने थोड़ी बहुत चेंजिंग हुई है, ये करने ना तो पर सीढ़ी भी चढ़ाई है। हाँ देखो पहले लगी ही जाली, पहली जाली पता नहीं खराब हो गई थी, रंग भी लगा वो देखो बेच डैमेज हुई थी, इस करके ना उत्ते होर लाती है ना तो उत्ते मैं ख्याल प्लस्तर मार देंगे। ठीक है हाँ जी लाग चला गए की कहेगी है। चल मिलने हम थोड़ी थोड़ी देर तक जाके बेने थे कपड़े पा रहे हैं काम वाले। ठीक है बहुत तत् करे कटिया ने ते जिप्स जिप्स लग जाती है। ठीक है ते आज छत आ पीस रेंदे ने इधरों तीन पीस रेंदे ने। ठीक है उधरों रेंदे ने आ एक एक पीस रेंदा। ठीक है यह लगा के उस तो बाद करांगे इसकी फिनिशिंग। ठीक है फिनिशिंग करके ते बाकी फिर तुम दसने नाल ते आ मंजियां इतने पईयां नाल ही असीं सुते हुंने आ। ठीक है इतने नाल ही जी गाय दसी कर ली हूँ नाश्ता ते नाश्ता चिकन का सालन है ते नाल अचार आ वेखो ऐ पराठे। ठीक है ते आ पई थले चाह चाह नाश्ता करके नाश्ता कर उस बाद थोड़ी देर तक तुहानू मिलने आ। पीस लाते पे और लागे आ रह गए एक दो तीन तो वो मगर चार इतने निके निके पीस हैं वह भी लग गए हैं तो नाश्ता करके उस बाद फिर शुरू किया हूँ आ रही पीसना आ रही मतलब पीसना तो बद लगाए इन्हों पा के मुठे तो फिर करने अगों जी गाइस साढ़े छत सारी बंद हो गई है जी। चपटियाँ है ना हूँ खुलन देते ना सुकन का टाइम लगना इस कर जेडे इतने बाले लगने हैं ना इधरों इंजनू इधर लगने इन्होंने डब्बों का इधर दो दो बाले लगने बाले लाइए आन तक जोड़ा ना वो सुक जाएगा तो आके खोल के फिनिशिंग करके तो इन कंप्लीट कर लें। गाइस अज निकले ने बदल बने तो सूरज निकला कौनी है देखो कैसे ठंड लग गई सुबह सुबह तीन आले बाले पे ने पर छोटे ना चार आले चाहिए चार फुट के चार फुट तो उन्होंने आख्या कहीं बना दें वेट कर लेने उ नवे बना दें दस पंद्रह मिनट लगन गए तो वेट कर ले इतने वेट करने बैग के अंदर। ऑफिस के अंदर टिकन ठीक बनाया ਇਹ ਬਾਲੇ ਰਗੜੇ ਨੇ ਨਾ ਬਾਲੇ ਰਗੜ ਕੇ ਬਣਾਇਆ ਜੀ ਗਾਇਸ ਬਾਲੇ ਲੈਂਦੇ ਨੇ ਉੱਥੋਂ ਠੀਕ ਹੈ ਉਹਨਾਂ ਬਣਾ ਕੇ ਦਿੱਤੇ ਨੇ ਇਹਨਾਂ ਦੱਸਿਆ ਜਾ ਵੇਖੋ ਚਾਰ ਚਾਰ ਫੁੱਟ ਦੇ ਨੇ ਚਾਰ ਪੀਸ ਕਿਉਂਕਿ ਥੋੜ੍ਹੇ ਛੋਟੇ ਹੁੰਦੇ ਫਿਰ ਪੂਰੇ ਨਹੀਂ ਹੋਣੇ ਹੈ ਅਤੇ ਬਾਕੀ ਉਹਨਾਂ ਤੋਂ ਚਪਟੀਆਂ ਖੋਲ੍ਹਣੇ ਚਪਟੀਆਂ ਖੋਲ੍ਹ ਕੇ ਅਤੇ ਉਹਨਾਂ ਦੱਸ ਜਾਂਦਾ ਮਾਰ ਉਹਨਾਂ ਚਿਪਟੀਆਂ ਖੋਲ ਲੈਣ ਚਿਪਟੀਆਂ ਖੋਲ੍ਹ ਕੇ ਇਹਨੂੰ ਰੰਦਾ ਜਾਂਦਾ ਮਾਰਨਾ। ਠੀਕ ਹੈ ਰੰਦਾ ਮਾਰ ਕੇ ਉਦੋਂ ਬਾਅਦ ਫਿਰ ਫਿਨਿਸ਼ਿੰਗ ਸ਼ੁਰੂ ਕਰਾਂਗੇ ਜੀ। ਗਾਇਸ ਚਿਪਟੀਆਂ ਵੀ ਖੋਲ੍ਹ ਲਈਆਂ ਨੇ ਠੀਕ ਹੈ ਚਿਪਟੀਆਂ ਜਿਹੜੀ ਉੱਤੇ ਤਾਰਾਂ ਹਨ ਨਾ ਲੋਹੇ ਦੀਆਂ ਜਿਹੜੀਆਂ ਪਾਈਆਂ ਹਨ ਗੱਟੀਆਂ ਗੁੱਟੀਆਂ ਬਣੀਆਂ ਉਹ ਵੀ ਸਾਰੀਆਂ ਕਰਤੀਆਂ ਉਸ ਤੋਂ ਬਾਅਦ ਜਿਹੜੀ ਸਟੀਲ ਦੀ ਤਾਰ ਪਾਈ ਦੀ ਹੈ ਆਹ ਦੇਖੋ ਇਹਨਾਂ ਨੂੰ ਵੀ ਉਤਾਂਹ ਕਰਤਾ ਠੀਕ ਹੈ ਅਤੇ ਇਹ ਵੀ ਸਾਰੀ ਉਤਾਂਹ ਕਰਤੀ ਜਿੱਥੇ ਜਿੱਥੇ ਪਾਈਆਂ ਸਨ ਅਤੇ ਹੁਣ ਸਿਰਫ ਰਹਿ ਗਿਆ ਰੰਦਾ ਮਾਰਨਾ ਤਾਂ ਰੰਦਾ ਮਾਰ ਲਈ ਰੰਦਾ ਮਾਰਨ ਤੋਂ ਬਾਅਦ ਫਿਨਿਸ਼ਿੰਗ ਸ਼ੁਰੂ ਕਰਨੀ ਹੈ।
ਜਗਾਇਰ ਹੁੰਦਾ ਸਾਰਾ ਮਾਰਾ ਮਾਰਾ ਜਿਹੜਾ ਹੁੰਦਾ ਹੁੰਦਾ ਗਾ ਜੋੜ ਰਗੜਨੇ ਹੁੰਦੇ ਨੇ ਆ ਜਿਹੜੇ ਨਾ ਅਤੇ ਉੱਚਾ ਨੀਵਾਂ ਹੋਏ ਤਾਂ ਉਹ ਫਿਰ ਬਰਾਬਰ ਹੋ ਜਾਂਦਾ ਆਰ ਹੁੰਦਾ ਠੀਕ ਹੈ ਇਹ ਮਾਰਨਾ ਹੁੰਦਾ ਠੀਕ ਹੈ ਆਹ ਸਾਰੀ ਪੱਟੀ ਛੱਟੀ ਨੂੰ ਸਾਰਾ ਥੱਲੇ ਆ ਸਾਰਾ ਟੋਟਲ ਮਾਰ ਲਿਆ ਹੁਣ ਸਿਰਫ ਰਹਿ ਗਈਆਂ ਨੇ ਸਾਈਡਾਂ ਸਾਫ਼ ਕਰਨ ਵਾਲੀਆਂ ਦੁਬਾਰਾ ਨਾਲੋਂ ਇਹ ਇਹਦਾ ਸਕੀਨ ਹੋਣੀ ਛੋਟੀ ਇਹ ਆਹ ਪਈ ਇਹਦੇ ਨਾਲ ਦੁਬਾਰਾ ਹੁਣ ਸਾਫ਼ ਕਰਨੀ ਹੈ ਮਤਲਬ ਲਾ ਕੇ ਮਗਰ ਥੋੜ੍ਹੀ ਜਿਹੀ ਮਤਲਬ ਮਾਰਨੀ ਹੈ ਠੀਕ ਹੈ ਲਾ ਕੇ ਅਤੇ ਐਜ ਉਸ ਤੋਂ ਲੈ ਇਹਨੂੰ ਲਾ ਦੇਣਾ ਵੇਖਣ ਇੰਜ 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 ਲਾ ਦੇਣਾ ਠੀਕ ਹੈ ਆਹ ਸਫਾਈ ਕਰਕੇ ਅਤੇ ਉਸ ਤੋਂ ਬਾਅਦ ਤੁਹਾਨੂੰ ਰਹਿਣਾ ਜੇਕਰ ਦੁਬਾਰਾ ਵੀ ਜਿਹੜੀਆਂ ਨਾ ਉਹ ਵੀ ਸਾਫ਼ ਕਰ ਲਈਆਂ ਵੇਖੋ ਨਾ ਬਿਲ ਹੈ ਅਤੇ ਹੁਣ ਉਹ ਤੋਂ ਸਾਰੀਆਂ ਸਾਫ਼ ਕਰ ਲਈਆਂ ਨਿਸ਼ਾਨ ਨੇ ਉੱਥੋਂ ਜਿਪਸ ਸਾਰੀ ਲਾ ਦਿੱਤੀ ਹੈ ਜੋੜ ਜੋੜ ਨੇ ਹੁਣ ਇੱਧਰੋਂ ਆਹ ਫਿਨਿਸ਼ਿੰਗ ਕਰਨ ਡਿਆ ਨਾ ਆਹ ਥੱਲਿਓ ਆਹ ਵੇਖੋ ਭਰਾਈ ਕਰਦੇ ਪਏ ਨੇ ਫਿਨਿਸ਼ਿੰਗ ਕਰਨਾ ਪਹਿਲਾਂ ਬਾਰਡਰ 'ਤੇ ਕਰਨ ਡਿਆ ਨਾ ਬਾਹਰਲੇ 'ਤੇ ਫਿਰ ਵਿੱਚੋਂ ਕਰਾਂਗੇ ਜੀ ਗਾਇਜ਼ ਬਾਕੀ ਜਿਹੜੀ ਪੱਟੀ ਲੱਗਣੀ ਹੈ ਉਹ ਲੱਗਦੀ ਇੰਝ ਖਲੇਦਾਰ ਦੀ ਠੀਕ ਹੈ ਖਲੇਦਾਰ ਦੀ ਲੱਗਦੀ ਹੈ ਪਰ ਜਿਹੜੀ ਇਹ ਲੱਗਣੀ ਹੈ ਨਾ ਅੱਲਾ ਤੁਹਾਡਾ ਭਲਾ ਕਰੇ ਜਿਹੜੀ ਸੈਂਟਰ ਵਾਲਾ ਡੱਬਾ ਨਾ ਉਹਦੇ ਵਿੱਚ ਉਹ ਲੱਗਣੀ ਇੰਜ ਜਿੰਜ ਪਈ ਇੰਜ ਹੀ ਪੀਸ ਲੱਗਣਾ ਅਤੇ ਉਹ ਜਗ੍ਹਾ ਇੰਨੀ ਹੋਈ ਜਿੰਨੀ ਪੱਟੀ ਜਿੰਨੀ ਦੋ ਇੰਚ ਇਸ ਕਰਕੇ ਪੀਸ ਅੱਧਾ ਕਰ ਲਿਆ ਉਹਦੇ ਵਾਸਤੇ ਤਿੰਨ ਪੀਸ ਕੱਢਣੇ ਨੇ ਕੱਟ ਲੈਂਦੇ ਹਾਂ ਕੱਟਣ ਤੋਂ ਬਾਅਦ ਫਿਰ ਤੁਹਾਨੂੰ ਬਾਕੀ ਦੱਸਦੇ ਹਾਂ ਸੈਂਟਰ 'ਚੋਂ ਕੱਢ ਦਿੱਤਾ ਨਾ ਦੋ ਇੰਚ ਦੀ ਇੰਚ ਤੋਂ ਹੀ ਕਰ ਲੈਣੀ ਹੈ ਇਸ ਕੱਟ ਦੇ ਕੇ ਮਤਲਬ ਇਹਦੇ ਨਾਲ ਕੱਟਣ ਡਿਆ ਵਾ ਨਾ ਇਹਦੇ ਨਿਸ਼ਾਨ ਲਾਇਆ ਇਹਨਾਂ ਦਾ ਤੁਹਾਨੂੰ ਹੁੰਦਾ ਹੋਏਗਾ ਅਤੇ ਆਹ ਕੱਟ ਕੇ ਰੱਖੀ ਹੈ ਵੇਖੋ ਨਾ ਉਹਦੀ ਅੱਧ ਹੀ ਹੈ ਅਤੇ ਇਹ ਲਗਾ ਲਾਉਣੀਆਂ ਨੇ ਜੀ ਗਾਇਜ਼ ਆਹ ਕਰਨੀ ਹੈ ਠੀਕ ਹੈ ਸੈਂਟਰ ਸਾਈਡ ਵਾਲਾ ਬਾਰਡਰ ਹੋ ਗਿਆ ਵਿੱਚੋਂ ਵੀ ਹੋ ਗਈ ਹੈ ਅਤੇ ਉਹ ਜਿਹੜੀ ਉੱਤੇ ਪੱਟੀ ਹੈ ਨਾ ਮਤਲਬ ਬਾਰਡਰ ਦਾ ਉਹ ਕਰਨਾ ਅਤੇ ਹੁਣ ਕਰ ਲਈਏ ਖਾਣਾ ਖਾ ਲਈਏ ਖਾਣੇ ਦੇ ਵਿੱਚ ਸਰਸੋਂ ਦਾ ਸਾਗ ਅਤੇ ਨਾਲ ਨੇ ਰੋਟੀਆਂ ਅਤੇ ਖਾ ਕੇ ਤੁਹਾਨੂੰ ਫਿਰ ਥੋੜ੍ਹੀ ਦੇਰ ਤੱਕ ਮਿਲਣਾ ਸਾਰੀ ਹੋ ਗਈ ਸਿਰਫ ਸਾਈਡ ਵਾਲੀ ਭਰਾਈ ਰਹਿੰਦੀ ਹੈ ਉਸ ਤੋਂ ਬਾਅਦ ਹੁਣ ਬਾਲੇ ਬਾਲੇ ਰਹਿੰਦੇ ਨੇ ਅਤੇ ਪੱਟੀ ਰਹਿੰਦੀ ਹੈ ਆਹ ਜਿਹੜਾ ਸੈਂਟਰ ਵਾਲੇ ਸਾਈਡ ਨੂੰ ਆਹ ਜਿਹੜੇ ਪੀਸ ਕੱਟੇ ਹਨ ਨਾ ਛੋਟੇ ਮਤਲਬ ਇੱਕ ਦੇ ਦੋ ਕਿਤੇ ਹਨ ਉਹ ਲਾਉਂਦੇ ਪੈਣੇ ਇੰਨੇ ਮਤਲਬ ਇਹਨੂੰ ਲੰਮੇ ਪਾ ਕੇ ਕਿਉਂਕਿ ਉਹ ਤਾਂ ਵੱਡਾ ਸੋਹਣਾ ਹੀ ਲੱਗਣਾ ਹੈ ਠੀਕ ਹੈ ਉਹ ਦੇਖੋ ਉਹ ਦੇਖੋ ਅਤੇ ਡਬਲ ਪੀਸ ਲੱਗ ਗਿਆ ਇੰਝ ਹੀ ਲਾਉਣਾ ਲਾਉਣ ਤੋਂ ਬਾਅਦ ਪੱਟੀ ਲਾਉਣ ਤੋਂ ਬਾਅਦ ਇਹਦੀ ਕੰਪਲੀਟ ਕਰਨਾ ਫਿਨਿਸ਼ਿੰਗ ਜੀ ਗਾਇਜ਼ ਆਹ ਜਿਹੜਾ ਸੀ ਨਾ ਪੀਸ ਸਿੰਗਲ ਸੀ ਇਹਦੇ ਉੱਤੇ ਪੀਸ ਰੱਖਦੇ ਤਾਂ ਇਹ ਵੀ ਮਾਫੀ ਬਣ ਗਈ ਹੈ ਅਤੇ ਆਹ ਜਿਹੜੇ ਨਿਸ਼ਾਨ ਲਾਏ ਨੇ ਨਾ ਠੀਕ ਆਹ ਵੀ ਨਿਸ਼ਾਨ ਅਤੇ ਉਸ ਤੋਂ ਬਾਅਦ ਇੱਧਰ ਨਿਸ਼ਾਨ ਤਾਂ ਪਰਲੀ ਸਾਈਡ 'ਤੇ ਨਿਸ਼ਾਨ ਹੈ ਬਾਲਿਆਂ ਦੇ ਨਿਸ਼ਾਨ ਨੇ ਅਤੇ ਇੱਥੇ ਲੱਗਣੇ ਨੇ ਬਾਲੇ ਅਤੇ ਉਹ ਬਾਲੇ ਜੀ ਗਾਇਜ਼ ਦੇ ਬਾਲੇ ਸਾਰੇ ਲੱਗ ਗਏ ਨੇ ਅਤੇ ਬਾਲੇ ਲਾਉਣ ਤੋਂ ਬਾਅਦ ਹੁਣ ਰਹਿ ਗਈ ਪੱਟੀ ਠੀਕ ਹੈ ਜਿਹੜੀ ਇੱਥੇ ਲਗਾਉਣੀ ਹੈ ਦੋ ਦੀ ਪੱਟੀ ਲਗਾਉਣੀ ਹੈ ਦੋ ਦੀ ਪੱਟੀ ਲਗਾ ਕੇ ਅਤੇ ਫਿਰ ਉਦੋਂ ਬਾਅਦ ਉਹਦੀ ਕਰਾਂਗੇ ਫਿਨਿਸ਼ਿੰਗ ਆਹ ਡੱਬਿਆਂ ਨੂੰ ਲੱਗਣੀ ਹੈ ਅਤੇ ਸਾਈਡ ਵਾਲੇ ਬਾਰਡਰ ਨੂੰ ਲੱਗਣੀ ਹੈ ਜੀ ਗਾਇਜ਼ ਛੇ ਸਾਰੀ ਕੰਪਲੀਟ ਹੋ ਗਈ ਮੈਂ ਬਿਲਕੁਲ ਥੱਲੇ ਖਲੋਤਾ ਇਹਦੇ ਠੀਕ ਹੈ ਅਤੇ ਸਿਰਫ ਰਹਿ ਗਈ ਉਹ ਸਾਰੀ ਪੱਟੀ ਰਹਿ ਗਈ ਸਾਈਡ ਬਾਰਡਰ ਦੀ ਅਤੇ ਸਾਈਡ ਦੀ ਭਰਾਈ ਰਹਿ ਗਈ ਹੈ ਅਤੇ ਉਹ ਹੁਣ ਸੁਬਾਹ ਕਰਾਂਗੇ ਹੁਣ ਟਾਈਮ ਹੋ ਗਿਆ 8:30 ਦਾ ਅਤੇ ਮੈਨੂੰ ਦਿਓ ਇਜਾਜ਼ਤ ਮਿਲਣਾ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਦੁਆਵਾਂ ਯਾਦ ਰੱਖਿਆ ਜੇ ਅੱਲਾ ਹਾਫਿਜ਼।